ਹੈਲੋ ਸਟੂਡੈਂਟਸ ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਸਾਡਾ 8th ਐਕਸਰਸਾਈਜ਼ 8.4 ਸੋ ਜਿਸ ਦਾ ਕੁਐਸਚਨ ਹੈ ਸਾਡੇ ਕੋਲ ਸੈਕੰਡ ਜਿਸ ਦੇ ਵਿੱਚ ਲਿਖਿਆ ਹੈ ਕਿ ਰਾਈਟ ਆਲ ਰੇਸ਼ੀਓਸ ਮਤਲਬ ਕਿ ਸਾਰੀਆਂ ਟੀ ਰੇਸ਼ੀਓਸ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਕਾਦੇ ਚ ਸ਼ੋ ਕਰਨਾ ਹੈ ਐਂਗਲ A ਦੀਆਂ ਨੂੰ ਸੈਕੰਡ A ਦੇ ਵਿੱਚ ਮਤਲਬ ਕਿ ਸਾਰੀਆਂ ਦੇ ਆਨਸਰ ਜਿਹੜੀਆਂ ਨੇ ਅਸੀਂ A ਦੇ ਵਿੱਚ ਦਰਸਾਣੇ ਹਨ ਸੈਕੰਡ A ਦੇ ਚ ਸੋ ਇੱਕ ਤਾਂ ਰੇਸ਼ੀਓਗੇ ਸੈਕੰਟ A ਇਸ ਤੋਂ ਇਲਾਵਾ ਸਾਡੇ ਕੋਲ ਰੇਸ਼ੀਓਸ ਕਿਹੜੀਆਂ ਬਚ ਜਾਂਦੀਆਂ ਹਨ ਇੱਕ ਰਹਿ ਗਈ ਸਾਡੇ ਕੋਲ sin A ਦੂਸਰੀ ਰਹਿ ਗਈ ਸਾਡੇ ਕੋਲ cos A ਫਿਰ ਰਹਿ ਗਈ ਸਾਡੇ ਕੋਲ ਟੈਨ A ਫਿਰ ਰਹਿ ਗਈ ਸਾਡੇ ਕੋਲ ਕੋਟ A ਫਿਰ ਰਹਿ ਗਈ ਸਾਡੇ ਕੋਲ ਕੋਸੈਕੈਂਟ A ਸੋ ਇਹਨਾਂ ਪੰਜ ਰੇਸ਼ੀਓਜ਼ ਨੂੰ ਅਸੀਂ ਸੈਕੈਂਟ A ਦੇ ਵਿੱਚ ਆਂਸਰ ਜਿਹੜਾ ਅਸੀਂ ਬਣਾਣੇ ਹਨ ਸੋ ਗੱਲ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਆਪਣੀ ਮੈਂ ਸਾਈਨ A ਦੀ ਹੀ ਲੈ ਲੈਂਦੇ ਆ ਸਾਈਨ A ਹੁਣ ਸਾਈਨ A ਦੀ ਰੇਸ਼ਿਓ ਕੀ ਹੁੰਦੀ ਹੈ ਸਾਡੇ ਕੋਲ ਹੁਣ ਅਸੀਂ ਰਿਲੇਸ਼ਨ ਦੇਖਣਾ ਹੈ ਕਿ ਸਾਈਨ ਤੇ ਸੈਕੈਂਟ ਕਿੱਦਾਂ ਬਣਦਾ ਹੈ ਦੇਖੋ ਸਾਈਨ ਦੀ ਗੱਲ ਕਰਦੇ ਆ ਤਾਂ ਸਾਈਨ θ ਇਹ ਸਾਡੇ ਕੋਲ ਵੈਲਿਊ ਹੈ ਆਨਸਰ ਹੈ √1 cos² θ ਸੈਕੈਂਟ ਦੀ ਗੱਲ ਕਰੋ ਤਾਂ ਇਹ ਹੈ 1 cos θ ਹੁਣ ਅਸੀਂ ਕੀ ਕਰਨਾ ਹੈ ਦੇਖੋ cos θ ਕੀ ਹੈ 1 ਸੈਕੈਂਟ θ ਸੋ ਆਜੋ ਕਨਸੈਪਟ ਜੇ ਸਾਈਨ a ਦੀ ਜਗ੍ਹਾ ਤੇ ਅਸੀਂ ਕੀ ਲਿਖ ਦਾਂਗੇ 1 cos² a ਕਲੀਅਰ ਹੋ ਗਿਆ ਧਿਆਨ ਰੱਖਣਾ ਹੈ ਜਿੱਥੇ ਅਸੀਂ θ ਲਿਖਿਆ ਹਨ ਉੱਥੇ ਅਸੀਂ ਜੋ ਵੀ ਐਂਗਲ ਸਾਨੂੰ ਕਿਹਾ ਗਿਆ ਇੱਥੇ a ਸੀ ਤਾਂ ਅਸੀਂ a ਲਿਖਣਾ ਹੈ ਜੇ b ਹੋਵੇ ਤਾਂ ਅਸੀਂ b ਲਿਖਣਾ ਹੈ ਹੁਣ cos ਜਿਹੜਾ ਹੈ cos k ਦੇ ਇਕੁਅਲ ਟੂ 1 ਓਵਰ ਸੈਕੈਂਟ ਸੋ ਇੱਥੇ ਅਸੀਂ ਚੇਂਜ ਕਰਦੇ ਹਾਂ 1 cos ਦੀ ਜਗ੍ਹਾ ਤੇ ਆ ਗਿਆ 1 ਓਵਰ ਸੈਕੈਂਟ ਸਕੁਅਰ a ਆ ਜਾਏਗਾ ਕਿਉਂਕਿ ਇੱਥੇ ਸਾਡੇ ਕੋਲ ਸਕੁਅਰ ਹੈ ਸੋ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਸੈਕੈਂਟ ਸਕੁਅਰ a 1 ਓਵਰ ਆ ਗਿਆ ਸਾਡਾ ਸੈਕੈਂਟ ਸਕੁਅਰ a ਉਨ ਦੇਖੋ ਸਾਡੇ ਕੋਲ ਇਹਦਾ ਅਸੀਂ ਇਕੱਲੇ ਇਕੱਲੇ ਦਾ ਰੂਟ ਕਰ ਦਿੰਦੇ ਹਾਂ ਸੈਕੈਂਟ ਸਕੁਅਰ a 1 ਓਵਰ ਸਾਡੇ ਕੋਲ ਆ ਗਿਆ ਸੈਕੈਂਟ ਸਕੁਅਰ a ਸੋ ਇਹ ਸਾਡੇ ਕੋਲ ਜਿਹੜਾ ਰੂਟ ਕਿਆ ਇੱਥੇ ਅਸੀਂ ਸਾਡੇ ਕੋਲ ਕੈਨਸਲ ਹੋ ਗਿਆ ਤੁਹਾਨੂੰ ਦੇਖੋ ਸਾਡੇ ਕੋਲ sin a a ਹੈ ਜੋ ਕਿ ਆਂਦਾ ਹੈ √ ਸੈਕੈਂਟ ਸਕੁਅਰ a 1 ਓਵਰ ਸਾਡੇ ਕੋਲ ਇਕੱਲਾ ਸੈਕੈਂਟ a ਜਿਹੜਾ ਉਹ ਰਹਿ ਜਾਂਦਾ ਹੈ ਸੋ so, a ਆ ਜਾਂਦਾ ਹੈ ਸਾਡੇ ਕੋ ਸਾਈਨ a ਇਨ ਟਰਮਸ ਆਫ ਸੈਕੈਂਟ a ਸੋ ਇਸ ਤੋਂ ਬਾਅਦ ਸਾਡੀ ਕੋ ਆਂਦਾ ਹੈ ਕੋਸ ਦਾ ਕਨਸੈਪਟ ਕੋਸ a ਸੋ ਕੋਸ a ਨੂੰ ਅਸੀਂ ਸੈਕੈਂਟ ਚ ਕਿਸ ਤਰ੍ਹਾਂ ਸ਼ੂ ਕਰ ਸਕਦੇ ਆ ਇਸ ਦੀ ਰੇਸ਼ਿਓ ਹੀ ਸਾਡੇ ਕੋ ਹੁੰਦੀ ਆ 1 ਓਵਰ ਸੈਕੈਂਟ a ਠੀਕ ਹੈ ਇਹ ਫਸਟ ਕਨਸੈਪਟ ਇਸ ਸਾਡਾ ਇਹ ਸਾਡੇ ਸੈਕੰਡ ਕਨਸੈਪਟ ਸੋ ਇਹ ਵੀ ਕਲੀਅਰ ਫਿਰ ਸਾਡਾ ਆਉਂਦਾ ਥਰਡ ਕਨਸੈਪਟ ਜੋ ਹੈ ਟੈਨ a ਹੁਣ ਟੈਨ so, so, a ਦਾ ਦੇਖੋ ਸਾਡੇ ਕੋ ਕੀ ਹੈ ਸੈਕੈਂਸ ਕੇ θ 1 ਸੋ ਕਲੀਅਰ ਹੈ ਜਾਂ ਸਾਡੇ ਕੋ ਡਾਇਰੈਕਟ ਪਿਆ ਹੈ ਇਹ ਆ ਗਿਆ ਸਾਡੇ ਕੋਲ ਸੈਕੈਂਟ ਸਕੁਅਰ a 1 ਸੋ ਇਹ ਵੀ ਕਨਸੈਪਟ ਕਲੀਅਰ ਸੋ ਫੋਰਥ ਆ ਗਿਆ ਸਾਡਾ ਕੋਟ a ਕੋਟ a ਹੁਣ ਸਾਡੇ ਕੋਲ ਕੋਟ a ਹੁਣ ਕੋਟ a ਨੂੰ ਅਸੀਂ ਸਭ ਤੋਂ ਪਹਿਲਾਂ ਚੇਂਜ ਕਰਦੇ ਆ 1 ਓਵਰ ਟੈਨ ਇਹਦੇ ਵਿੱਚ ਠੀਕ ਆ ਸੋ ਜਦੋਂ ਟੈਨ ਇਹ ਚ ਚੇਂਜ ਕੀਤਾ ਤਾਂ ਟੈਨ ਦਾ ਫਾਰਮੂਲਾ ਵੇਖੋ ਸਾਡੇ ਕੋਲ ਕੀ ਹੁੰਦਾ ਹੈ √ ਸੈਕੈਂਟ ਸਕੁਅਰ a 1 ਆ ਜਾਏਗਾ ਸੋ ਇਹ ਆ ਗਿਆ ਸਾਡਾ ਕੋਟ a ਜਿਹੜਾ ਸੀ ਅਸੀਂ ਇਨ ਟਰਮਸ ਆਫ ਸੈਕੈਂਟ ਏ ਦੇ ਵਿੱਚ ਸੋ ਇਸ ਤੋਂ ਬਾਅਦ ਸਾਡੇ ਕੋਲ ਲਾਸਟ ਸਾਡੀ ਰੇਸ਼ਿਓ ਰਹਿ ਜਾਂਦੀ ਹੈ ਕੋਸੈਕੈਂਟ ਏ ਪੰਜਵਾਂ ਕਨਸੈਪਟ ਹੁਣ ਹੁਣ ਕੋਸੈਕੈਂਟ ਦੇ ਵਿੱਚ ਅਸੀਂ ਜੇਕਰ ਦੇਖੀਏ ਤਾਂ ਇਸ ਦੀ ਰੇਸ਼ਿਓ ਸਾਡੇ ਕੋਲ ਹੁੰਦੀ ਹੈ 1 ਓਵਰ ਸਾਈਨ ਏ ਹੁਣ ਆ ਗਿਆ ਸਾਡੇ ਕੋਲ ਕੋਸੈਕੈਂਟ ਏ ਇਕੁਅਲ ਟੂ 1 ਓਵਰ ਹੁਣ ਸਾਈਨ ਦੇਖੋ ਸਾਈਨ ਅਸੀਂ ਫਾਈਂਡ ਕਰ ਚੁੱਕੇ ਹਾਂ ਸਾਈਨ ਕਦੇ ਇਕੁਅਲ ਟੂ ਹੈ ਸਾਈਨ ਏ √ ਸੈਕੈਂਟ ਸਕੁਅਰ ਏ 1 ਓਵਰ ਸਾਡੇ ਕੋਲ ਆ ਗਿਆ ਸੈਕੈਂਟ ਏ ਸੋ ਇਹ ਸਾਡੇ ਕੋ ਹੋ ਜਾਏਗਾ ਸਾਡਾ ਰੈਸੀਪਰੋਕਲ ਤਾਂ ਸਾਡੇ ਕੋ ਸੈਕੈਂਟ a ਸਾਡਾ ਉੱਪਰ ਚਲਾ ਜਾਏਗਾ ਤਾਂ ਸਾਡੇ ਕੋ ਕੀ ਰਹੇਗਾ √ ਸੈਕੈਂਟ² a 1 ਸੋ ਇਸ ਤਰ੍ਹਾਂ ਸਾਡਾ ਜਿਹੜਾ ਕੋਸੈਕੈਂਟ a ਹੈ ਉਸ ਦਾ ਵੀ ਜਿਹੜਾ ਅਸੀਂ ਇਨ ਟਰਮਸ ਆਫ ਸੈਕੈਂਟ ਦੇ ਵਿੱਚ ਆਂਸਰ ਜਿਹੜਾ ਉਹ ਬਣਾ ਦਿੱਤਾ ਹੈ ਸੋ ਇਸੇ ਸਾਡਾ ਕੁਐਸਚਨ ਨੰਬਰ 2 ਸੋ ਉਮੀਦ ਕਰਦਾ ਇਹ ਕੁਐਸਚਨ 2 ਵੀ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਜੇਕਰ ਕੋਈ ਕਮੀ ਰਹਿੰਦੀ ਹੈ ਤੁਹਾਨੂੰ ਕੋਈ ਲੱਗਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਥੈਂਕ ਯੂ ਮਿਲਦੇ ਆ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ